ਹੈਲੋ, ਸਤਿ ਸ਼੍ਰੀ ਅਕਾਲ ਰਾਜ, ਕੀ ਹਾਲ ਚਾਲ ਹੈ? ਅਤੇ ਅਸੀਂ ਅੱਜ ਪਹੁੰਚਾਂ ਕੇ ਰਿੰਕੂ ਕੁਆਇਟ ਸਟੋਰ 'ਤੇ, ਅਤੇ ਜਿਹੜੇ ਭਾਅ ਜੀ ਤੁਹਾਨੂੰ ਅੱਜ ਵਧੀਆ ਵਧੀਆ ਡਿਜ਼ਾਇਨਾਂ ਦੀਆਂ ਤੁਹਾਨੂੰ ਗੁੱਡੀਆਂ ਦਿਖਾ ਰਹੇ ਨੇ, ਅਤੇ ਭਾਅ ਜੀ ਅੱਜ ਕੀ ਸਾਨੂੰ ਦਿਖਾ ਰਹੇ ਜੇ? ਹਾਂਜੀ, ਬੱਚੇ ਤੋਂ ਲੈ ਕੇ ਵੱਡੇ ਤੱਕ ਜੋ ਕਿ ਵਧੀਆ ਵਧੀਆ ਜਿਹੜੀਆਂ ਗੁੱਡੀਆਂ ਦੇ ਡਿਜ਼ਾਇਨ ਆ, ਹੋਲਸੇਲ ਰੇਟ 'ਤੇ ਉਹ ਤੁਹਾਨੂੰ ਇਸ ਰੇਟ 'ਤੇ ਕੋਈ ਵੀ ਨਹੀਂ ਦੇਗਾ, ਅਤੇ ਵਧੀਆ ਅਤੇ ਜਿਹੜੀ ਯੂਨੀਕ ਗੁੱਡੀਆਂ ਇਹਨਾਂ ਦੀਆਂ ਖੁਦ ਬਣਦੀਆਂ ਹੈ, ਕੋਈ ਬਾਜ਼ਾਰ ਤੋਂ ਨਹੀਂ ਆਉਂਦੀਆਂ, ਖੁਦ ਬਣਾਉਂਦੇ ਨੇ ਭਾਅ ਜੀ ਉਹਨਾਂ ਦੇ ਕੋਲ, ਬਹੁਤ ਵਧੀਆ ਵਰਾਇਟੀ ਹੈ, ਇਸ ਕਰਕੇ ਅਸੀਂ ਅੱਜ ਇਹਨਾਂ ਦਾ ਸ਼ੂਟ ਕਰ ਰਹੇ ਹਾਂ, ਅਤੇ ਚਲੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਨਵੀਂ ਨਵੀਂ ਵਰਾਇਟੀ। ਹਾਂਜੀ, ਅਤੇ ਭਾਅ ਜੀ ਫਿਰ ਕੀ ਦਿਖਾ ਰਹੇ ਜੀ ਅੱਜ? ਲਓ ਜੀ, ਇਹ ਜੀ ਇਹ ਬੱਚਿਆਂ ਵਾਸਤੇ ਭਾਅ ਜੀ, ਇਹਨਾਂ ਦਾ ਕੀ ਪ੍ਰਾਈਜ਼ ਜੀ? ਇਹ 20 ਰੁਪਏ ਦਰਜਨ ਜੀ। ਠੀਕ ਹੈ ਜੀ, 3 ਰੁਪਏ। ਅੱਛਾ, ਇਹ ਗੁੱਡੀ ਤੁਹਾਨੂੰ 3 ਰੁਪਏ, ਮਾਰਕੀਟ ਕੀ ਪ੍ਰਾਈਜ਼? ਮਾਰਕੀਟ 3 ਰੁਪਏ ਦੀ ਪੈਣੀ, ਮਾਰਕੀਟ ਦੇ ਵਿੱਚ 5 ਰੁਪਏ ਵਿਕਦੀ। ਹਾਂਜੀ, ਹੁਣ ਅੱਗੇ ਕੀ ਵਿਖਾ ਰਹੇ ਜੀ? ਹਾਂਜੀ, ਉਹ ਬੜਾ ਵਧੀਆ। ਇਹਦਾ ਕੀ ਰੇਟ ਭਾਅ ਜੀ? 4 ਰੁਪਏ ਮਾਰਕੀਟ ਪ੍ਰਾਈਜ਼। 10 ਰੁਪਏ ਮਾਰਕੀਟ, 10 ਰੁਪਏ ਇਹ ਤੁਹਾਨੂੰ ਪਏਗਾ, 4 ਰੁਪਏ ਹੋਲਸੇਲ, ਬਿਲਕੁਲ ਰੇਟ ਇੱਥੇ ਮਿਲਣਗੇ ਤੁਹਾਨੂੰ। ਹਾਂਜੀ, ਹੋਰ ਵੀ ਦਿਖਾ ਦਿਓ। ਹਾਂਜੀ, ਇਹਨਾਂ ਦਾ ਕੀ ਰੇਟ? 100 ਰੁਪਏ ਦਰਜਨ। ਠੀਕ ਹੈ, 8 ਰੁਪਏ ਗੁੱਡੀ ਹੈ, 100 ਰੁਪਏ ਦਰਜਨ। ਠੀਕ ਹੈ, ਹਾਂਜੀ ਇਹ ਕੀ ਜੀ? 4 ਰੁਪਏ ਦੀ। 4 ਰੁਪਏ ਮਾਰਕੀਟ ਪ੍ਰਾਈਜ਼, 10 ਰੁਪਏ। ਠੀਕ ਹੈ, ਇਹ ਤੁਹਾਨੂੰ ਸਿਰਫ ਪਏਗੀ 4 ਰੁਪਏ। ਇਸ ਤੋਂ ਅੱਗੇ ਆਹ ਵਾਲੀ ਭਾਅ ਜੀ, ਇਹਨਾਂ ਦਾ ਕੀ ਪ੍ਰਾਈਜ਼ ਜੀ? 1.5 ਰੁਪਏ ਦਰਜਨ ਪੈਣੀ, 12 ਰੁਪਏ ਦੀ। 12 ਮਾਰਕੀਟ ਪ੍ਰਾਈਜ਼ ਕੀ? ਮਾਰਕੀਟ 20 ਰੁਪਏ ਦੀ ਵਿਕਦੀ ਹੈ। 20 ਰੁਪਏ ਦੀ ਜਿਹੜੀ ਤੁਹਾਨੂੰ ਪਏਗੀ, 12 ਰੁਪਏ। ਹਾਂਜੀ, ਠੀਕ ਹੈ ਜੀ। ਆ ਜੇ ਆ ਗਈ ਭੂਤ ਵਾਲੀ, ਜਿਹਨੂੰ ਬੱਚੇ ਬਹੁਤ ਪਸੰਦ ਕਰਦੇ, ਭੂਤ ਵਾਲੀ ਗੁੱਡੀ। ਹਾਂਜੀ, 6 ਰੁਪਏ ਦੀ ਬਣੀ ਹੈ। 6 ਰੁਪਏ ਦੀ ਮਾਰਕੀਟ ਪ੍ਰਾਈਜ਼? 10 ਰੁਪਏ। ਇੱਥੇ ਤੁਹਾਨੂੰ ਹੋਲਸੇਲ ਹੀ ਮਿਲਣਗੇ ਸਾਰੀਆਂ ਜਿੰਨੀਆਂ ਗੁੱਡੀਆਂ ਦੇ ਰੇਟ। ਦੱਸ ਭਾਅ ਜੀ, ਸਿੱਧੂ ਮੂਸੇ ਵਾਲਾ ਦਿਖਾਓ, ਸਿੱਧੂ ਮੂਸੇ ਵਾਲਾ ਆ ਗਿਆ ਜੀ। ਲਓ ਜੀ, ਤੁਹਾਡਾ ਆ ਗਿਆ ਸਿੱਧੂ ਮੂਸੇ ਵਾਲਾ, ਬੱਚੇ ਬਹੁਤ ਪਸੰਦ ਕਰਦੇ ਇਹ ਗੁੱਡੀ। ਇਹਦਾ ਕੀ ਪ੍ਰਾਈਜ਼ ਹੈ? 6.5 ਰੁਪਏ ਮਾਰਕੀਟ ਪ੍ਰਾਈਜ਼। 10 ਰੁਪਏ, ਠੀਕ ਹੈ। ਇਸ ਤੋਂ ਅੱਗੇ ਭਾਅ ਜੀ, ਆਹ ਹੁਣ ਅਸੀਂ ਲੈ ਕੇ ਜਾਣਾਂਗੇ ਆਹ ਗੁੱਡੀ, ਇਹ 10 ਰੁਪਏ ਜੀ, 20 ਵਿਕਰੀ ਵਾਲੀ ਹੈ। ਠੀਕ ਹੈ, ਕੀ ਨਾਮ ਕੀ ਭਾਅ ਜੀ? ਹਾਂਜੀ, ਤਾਵੀ ਗੁੱਡੀ ਹੈ। ਠੀਕ ਹੈ, ਗਾੜੀ ਆ ਜੇ ਸਟਾਰ, ਸਟਾਰ ਦਾ ਕੀ ਰੇਟ ਭਾਅ ਜੀ? 130 ਰੁਪਏ ਹੋਲ। ਤਿੰਨ ਤਾਵਾ ਏ, ਆਹ ਵਾਲੀ ਦਿਖਾਇਓ ਭਾਅ ਜੀ। ਹਾਂਜੀ, ਇਸ ਤੋਂ ਅੱਗੇ ਆਹ ਵਾਲੀ ਆਹ ਵਾਲੀ ਦਿਖਾਓ ਭਾਅ ਜੀ, ਇਹਦਾ ਕੀ ਪ੍ਰਾਈਜ਼ ਜੀ? 50 ਰੁਪਏ। ਇਹ 3 ਤਾਵਾ ਜੀ, 50 ਰੁਪਏ ਖੋਲ ਕੇ ਦਿਖਾਇਓ। 3 ਤਾਵਾ 50 ਰੁਪਏ ਘੁਮਾਇਆ। ਆ ਜਾ ਗਿਆ 3 ਤਾਵਾ 50 ਰੁਪਏ ਸਿਰਫ।
ਸਿਰਫ ਔਰ ਸਿਰਫ 50 ਰੁਪਏ। ਵਰਾਇਟੀ ਪਹਿਲੇ ਦੇਖੋ ਕਿੰਨੀ ਭਾਜੀ ਉਹਨਾਂ ਨੂੰ ਕੈਨੇਡਾ, ਇਹਦਾ ਕੀ ਪ੍ਰਾਈਜ਼? 6 ਰੁਪਏ ਬੋਲੀ। ਮਾਰਕੀਟ ਪ੍ਰਾਈਜ਼ 10 ਰੁਪਏ। ਸਟੋਕ ਪਹਿਲੇ ਦੇਖ ਸਕਦੇ ਜੀ, ਸਟੋਕ ਭਾਜੀ ਹੋਣਾ ਕੋਈ ਬਹੁਤ ਜਮਾਂ ਹੋਇਆ। ਹੁਣ ਜਾ ਰਹੇ ਹਾਂ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਜੋ ਕਿ ਹੈਲੋ ਹਾਂਜੀ ਆ ਕਿੰਨੇ ਦੀ ਭਾਜੀ? ਇਹ 10 ਰੁਪਏ ਵਾਲੀ, 20 ਰੁਪਏ, ਇਹ ਵੀ 20। ਦੇਖੋ ਜੀ ਬੱਚਿਆਂ ਦੀਆਂ ਬਹੁਤ ਸਾਰੀਆਂ ਵਧੀਆ ਵਧੀਆ ਜੋ ਕਿ ਗੁੱਡੀਆਂ ਤੁਹਾਨੂੰ ਮਿਲ ਜਾਣਗੀਆਂ ਇੱਥੇ। ਜਿਹੜੀ ਗੁੱਡੀ ਆ 15 ਰੁਪਏ ਤੋਂ ਸਟਾਰਟ ਹੋਣ ਲਈ, ਵੇਖੋ ਕਿੱਡੀ ਪਿਆਰੀ ਹੈ। ਹਾਂਜੀ ਗੱਟੂ ਦਾ ਕੀ ਪ੍ਰਾਈਜ਼ ਹੈ? 50 ਰੁਪਏ ਦਾ ਗੱਟੂ ਜੇ ਵਾਚਾ ਅਭੀ 50 ਰੁਪਏ। 50 ਰੁਪਏ ਇਹਨਾਂ ਦੇ? 100 ਰੁਪਏ ਦੀ ਪੈਣੀ। 100 ਰੁਪਏ ਆ ਜੀ, 250 ਰੁਪਏ ਦੀ ਪੈਣੀ। 12 ਤਾਰ, 12 ਤਾਰ 250, 16 ਤਾਰ ਹੈਗੀ 350 ਰੁਪਏ, 16 ਤਾਰ 350 ਅਭੀ, 12 ਤਾਰ ਹੈਗੀ 500 ਰੁਪਏ ਦੀ, 12 ਤਾਰ 500 ਰੁਪਏ। ਵਰਾਇਟੀ ਵੇਖੋ ਭਾਜੀ ਹੋਣਾ ਕੋਈ ਬਹੁਤ ਯੂਨੀਕ ਹੈ। I'm willing to put in the hours it takes to get some power. Don't be f***ing sour, take a cold shower, scream until you're louder, work until you're prouder, and f*** all the doubters, they're just young downers. I swear to God they all let me down, I always fought just to wear the crown. I'm f***ed off at these f***ing clowns, who were all taught they deserve an ounce. It's only worth it if you work for it, it's only worth it if you work for it. I won't stop till they hear me now, I won't stop till I wear the crown. ਬਹੁਤ ਵਧੀਆ ਜੀ। ਅਤੇ ਭਾਅ ਜੀ ਹੁਣ ਤੁਹਾਡੇ ਕੋਲ ਜੇ ਕਿਸੇ ਮਾਲ ਖਰੀਦਣਾ ਹੋਵੇ ਤਾਂ ਕੀ ਐਡਰੈਸ ਜੀ? ਆਪਣਾ ਐਡਰੈਸ ਜ਼ਰੂਰ ਦੱਸਿਓ ਜੀ। ਮੇਨ ਬਾਜ਼ਾਰ ਜੇ ਕਟੜਾ ਕਰਮ ਸਿੰਘ ਰਿੰਕੂ ਟਾਈ ਸਟੋਰ, ਮੋਬਾਈਲ ਨੰਬਰ ਹੈਗਾ 8 4 9 1 8 2 9। ਤੁਸੀਂ ਡਾਇਰੈਕਟ ਭਾਅ ਜੀ ਉਹਨਾਂ ਕੰਟੈਕਟ ਕਰ ਸਕਦੇ ਜੇ ਅਤੇ ਡਾਇਰੈਕਟ ਆ ਵੀ ਸਕਦੇ ਜੇ। ਚਲੋ ਇੱਥੇ ਵਲੋਗ ਨੂੰ ਇੱਥੇ ਕਰਦੇ ਹਾਂ ਅਸੀਂ ਖਤਮ। ਚੈਨਲ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਤੁਹਾਡੇ ਕਿੱਦਾਂ ਦਾ ਜੇਕਰ ਵਲੋਗ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਣਾ। ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਤੇ।